ਦੇ ਕਰਾਮਾਤ ਦੇ ਜ਼ੰਜੀਰ ਕਿਹੜੇ ਨੇ? ਇਹ ਸਰਕਾਰ ਨੂੰ ਅਸਾਂ ਤੁਸਾਂ ਮੁਸਲਿਮ ਹੀ ਨਹੀਂ ਮੰਨਿਆ, ਖੱਤਰੀਆਂ ਤੇ ਖਤਰਾਣੀਆਂ ਵੀ ਮੰਨਿਆ, ਸਿੱਖਾਂ ਵੀ ਆਪਦੀ ਗਿਆਰਵੀਂ ਸ਼ਰੀਫ ਦਿੱਤੀ ਹੈ ਤੇ ਆਪ ਦੇ ਮੰਨਣ ਵਾਲੇ ਖੱਤਰੀ ਤੇ ਖਤਰਾਣੀ ਕਿਧਰੋਂ ਆ ਰਹੇ ਨੇ? ਰਸਤੇ 'ਚ ਇੱਕ ਮੁਸਲਾ ਮਿਲ ਪਿਆ, ਉਹ ਮੁਸਲੇ ਆਖਿਆ ਕਿੱਧਰ ਚੱਲੇ ਹੋ? ਖੱਤਰੀ ਤੇ ਖਤਰਾਣੀ ਆਖਿਆ ਤੈਨੂੰ ਇਸ ਗੱਲ ਨਾਲ ਕੀ, ਤੇਰਾ ਸਾਡਾ ਲਾਂਘਾ ਨਹੀਂ ਲੰਘਣਾ ਕਿਉਂਕਿ ਤੂੰ ਮਾਸ ਖਾਣ ਵਾਲੀ ਕੌਮ ਹੈ। ਉਹ ਮੁਸਲੇ ਆਖਿਆ ਮੈਂ ਤੁਹਾਨੂੰ ਕੋਈ ਜ਼ਾਮਨ ਦੇ ਲੈਣਾ, ਤੁਹਾਨੂੰ ਕੁਝ ਨਹੀਂ ਆਖਣ ਲਿਆ ਤੇ ਰਲ ਕੇ ਪਿੰਡਾ ਤੈਅ ਕਰ ਲੈਂਦੇ ਹਾਂ। ਆਖਣ ਲੱਗੇ ਅਲਾ ਫਿਰ ਜ਼ਾਮਨ ਦੇ, ਮੁਸਲੇ ਆਖਿਆ ਤੁਹਾਡਾ ਮੇਰਾ ਹਜ਼ੂਰ ਗੌਸ ਪਾਕ ਜ਼ਾਮਨ, ਤੁਹਾਡਾ ਮੇਰਾ ਹਜ਼ੂਰ ਗੌਸ ਪਾਕ, ਹਜ਼ੂਰ ਗੌਸ ਪਾਕ ਜ਼ਾਮਨ, ਹਜ਼ੂਰ ਗੌਸ ਪਾਕ ਨੂੰ ਜ਼ਾਮਨ ਲੈ ਲਿਆ ਤੇ ਟੁਰ ਪਿਆ। ਥੋੜਾ ਜਿਹਾ ਫਾਸਲਾ ਤੈਅ ਕੀਤਾ ਅੱਗੇ ਜੰਗਲ ਉਜਾੜ ਆਇਆ, ਮੁਸਲੇ ਚਾਕੂ ਕੱਢਿਆ ਖੱਤਰੀ ਨੂੰ ਕਤਲ ਕਰਤਾ ਤੇ ਖਤਰਾਣੀ ਉੱਥੇ ਬਹਿ ਕੇ ਰੋਂਦੀ ਹੈ ਵੀ ਸੇਵਰ ਨੂੰ ਨਹੀਂ, ਦੌਲਤ ਨੂੰ ਨਹੀਂ, ਖਾਮਦ ਨੂੰ ਨਹੀਂ, ਉਹ ਤੇ ਸ਼ਾਮਨ ਨੂੰ ਉਡੀਕਦੀ ਹੈ ਵੀ ਰੋਂਦੀ ਹੈ। ਸ਼ਾਮਨ ਨੂੰ ਉਡੀਕਦੀ ਹੈ ਵੀ ਤੇ ਰੋਂਦੀ ਹੈ ਵੀ ਇੰਨੀ ਦੇਰ ਨੂੰ ਘੋੜੇ ਤੇ ਨਕਾਬਪੋਸ਼ ਜਵਾਨ ਆ ਗਏ ਨੇ, ਅੱਗ ਫਰਮਾਉਂਦੇ ਨੇ ਕਿਉਂ ਵੀ ਰੋਣੀ ਹੈ? ਆਖਣ ਲੱਗੀ ਬਾਬਾ ਜੀ ਰੋਵਾਂ ਨਾ ਤੇ ਕੀ ਕਰਾਂ, ਇੰਜਾਂ ਜੀ ਟੁਰੇ ਹਾਂ ਰਸਤੇ 'ਚ ਮੁਸਲਾ ਮਿਲਿਆ ਤੇ ਅਸਾਂ ਆਖਿਆ ਅਸਾਂ ਨਹੀਂ ਤੇਰੇ ਨਾਲ ਟੁਰਨਾ, ਤੂੰ ਮਾਸ ਖਾਣ ਵਾਲੀ ਕੌਮ ਹੈ, ਉਹ ਸਾਮਨ ਦੇ ਤੇ ਸਾਮਨ ਵੀ ਹਜ਼ੂਰ ਗੌਸ ਪਾਕ ਨੂੰ ਲਿਆ ਸੋ ਤੇ ਮੇਰੇ ਖਾਮਦ ਨੂੰ ਕਤਲ ਕਰ ਛੱਡਿਆ ਸੋ ਤੇ ਮੈਂ ਤੇ ਸਾਮਨ ਨੂੰ ਉਡੀਕਨੀ ਆ ਵੀ ਰੋਣੀ ਆ ਪਈ। ਆਪਨੇ ਚਿਹਰੇ ਤੋਂ ਨਕਾਬ ਲਾਇਆ, ਫਰਮਾਇਆ ਜਿਹੜੇ ਸਾਮਨ ਦੀ ਤੈਨੂੰ ਉਡੀਕੀ ਉਹ ਸਾਮਨ ਆ ਗਈ। ਆਖਣ ਲੱਗੀ ਸਰਕਾਰ ਰੋਵਾਂ ਨਾ ਤੇ ਕੀ ਕਰਾਂ, ਇੰਜਾਂ ਜੀ ਟੁਰੇ ਹਾਂ ਰਸਤੇ 'ਚ ਮੁਸਲਾ ਮਿਲਿਆ ਤੇ ਅਸਾਂ ਆਖਿਆ ਮੁਸਲਿਆ ਸਾਨੂੰ ਤੇਰੇ 'ਤੇ ਯਕੀਨ ਨਹੀਂ, ਤੂੰ ਮਾਸ ਖਾਣ ਵਾਲੀ ਕੌਮ ਹੈ, ਸਾਨੂੰ ਕੁਝ ਜ਼ਾਮਨ ਦੇ ਕਿ ਜ਼ਾਮਨ ਹਜ਼ੂਰ ਗੌਸ ਪਾਕ ਨੂੰ ਲਿਆ ਸੀ ਤੇ ਮੇਰੇ ਖਾਮਦ ਨੂੰ ਕਤਲ ਕਰ ਛੱਡਿਆ ਸੀ ਤੇ ਮੈਂ ਤੇ ਜ਼ਾਮਨ ਨੂੰ ਉਡੀਕਨੀ ਆ ਵੀ ਰੋਣੀ ਆ ਪਈ। ਆਪਨੇ ਚਿਹਰੇ 'ਤੇ ਨਕਾਬ ਲਾਇਆ, ਫਰਮਾਇਆ ਜਿਹੜੇ ਜ਼ਾਮਨ ਦੀ ਤੈਨੂੰ ਉਡੀਕੀ ਉਹ ਜ਼ਾਮਨ ਆ ਗਈ। ਆ ਫਰਮਾਏ ਇਹਦੇ ਉੱਤੇ ਕੋਈ ਕੱਪੜਾ ਪਾ, ਉਹਨੇ ਸਿਰ ਤੋਂ ਚਾਦਰ ਲਾਈ ਪਾ ਦਿੱਤੀ। ਆਪਨੇ ਫੂਕ ਮਾਰੀ ਮੋਇਆ ਖੱਤਰੀਏ ਉੱਠਿਆ ਕਲਮਾ ਪੜਦਾ ਲਾ ਇਲਾਹ ਇਲਾ ਮੁਹੰਮਦ ਰਸੂਲ ਜੋ ਹੱਥ ਬੰਨ ਕੇ ਆਉਂਦੀ ਕੀ ਹੈ ਕੀ ਆਉਂਦੀ ਏ? ਉਹ ਮੈਂ ਕਮਲੀ ਨੂੰ ਮਾਣੀ ਨੂੰ, ਮੈਂ ਕਮਲੀ ਨੂੰ ਮਾਣੀ ਨੂੰ